ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਸਿੰਘ ਡੇਰੀ ਫਾਰਮ ਦੇ ਪੇਜ 'ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ। ਵੀਰ ਜੀ, ਅੱਜ ਆਪਾਂ DLFA ਮੇਲੇ 'ਤੇ ਨੀਲੀ ਰਾਵੀ ਮਿਲਕਿੰਗ ਕੰਪਟੀਸ਼ਨ ਚੱਲ ਰਿਹਾ ਆ। ਇਹਦੇ ਵਿੱਚ ਤੁਹਾਨੂੰ ਇੱਕ ਤੋਂ ਇੱਕ ਚੜ੍ਹਦੀਆਂ ਮੱਝਾਂ ਵਿਖਾਵਾਂਗੇ ਵੀ ਕਿਹੜੀ ਮੱਝ ਬਾਜੀ ਮਾਰਦੀ ਆ, ਵੀ ਤੁਸੀਂ ਵੇਖ ਸਕਦੇ ਹੋ। ਇੱਕ ਤੋਂ ਇੱਕ ਟੋਪ ਮੱਝਾਂ ਖੜੀਆਂ ਤੁਸੀਂ ਦੇਖ ਸਕਦੇ ਹੋ, 400 ਹੋ। ਅਤੇ ਵੀਡੀਓ ਨਾਲ ਜੁੜੇ ਰਹਿਣਾ ਅਤੇ ਆਪਾਂ 1-2-3 ਨੰਬਰਾਂ 'ਤੇ ਕਿਹੜੀਆਂ ਮੱਝਾਂ ਆਉਣਗੀਆਂ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ। ਅਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਨਾ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਕਿ ਅਤੇ ਆਪਣੇ ਬੈਲ ਘੰਟੀ ਦਾ ਬਟਨ ਵੀ ਲਗਾਉਣਾ, ਆਲ 'ਤੇ ਲੱਗ ਸੈੱਟ ਕਰ ਲਿਓ ਵੀ ਕੋਈ ਵੀ ਨੋਟੀਫਿਕੇਸ਼ਨ ਆਵੇ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਦੇਖਣ ਨੂੰ ਮਿਲੇ। ਵੀਡੀਓ ਦੇ ਵਿੱਚ ਰਾਜਾ ਸੱਪ ਹੋਣਾ, ਉਹ ਵੀ ਵੀਡੀਓ ਲੱਗੇ ਮੱਜ ਖੜ੍ਹੇ ਆ। ਇਹ ਆਪਣੇ ਰਾਜੇ ਬਲ ਦੀ ਆ, ਇਹ ਜਿਹੜੀ ਝੋਟੀ ਤੁਸੀਂ ਦੇਖ ਰਹੇ ਹੋ ਇਹ ਰਾਜੇ ਬੁਲ ਦੀ ਧੀ ਆ। ਬਹੁਤ ਵਧੀਆ ਦੀ ਆਰਡਰ ਕੁਆਲਿਟੀ ਦੇ ਸਕਦੇ ਹੋ, ਥਣਾਂ ਦੀ ਸਪੇਸ ਦੂਰੀ ਥਣਾਂ ਦੇ ਪੂਰੇ ਨਾੜਾਂ। ਅਤੇ ਬਾਈ ਦੀਆਂ ਵੀਡੀਓ ਆਪਣੇ ਚੈਨਲ 'ਤੇ ਪਹਿਲਾਂ ਪਈਆਂ, ਜੇ ਕਿਸੇ ਨੇ ਕੋਈ ਸੇਵਾ ਲੈਣਾ ਤੁਸੀਂ ਉਸ ਵੀਡੀਓ ਦਾ ਸੰਪਰਕ ਕਰਕੇ ਆਪਣੇ ਚੈਨਲ 'ਤੇ ਜਾ ਕੇ ਨੀਲੀ ਰਾਵੀ ਵਿੱਚ, ਕਿਉਂਕਿ ਉਹਨਾਂ ਦੇ PDF ਮੇਲੇ ਦੇ ਵਿੱਚ ਵੀ ਨੰਬਰਾਂ 'ਚ ਲੱਗੇ ਸੀ। ਤੁਸੀਂ ਦੇਖ ਸਕਦੇ ਮੇਲੇ ਦੇ ਵਿੱਚ 1-1 ਟੋਪ ਨੀਲੀ ਰਾਵੀ ਬੱਚਾ ਪਹੁੰਚ ਗਿਆ ਉਹਨੇ ਖਬਰ ਤੁਹਾਨੂੰ, ਜਿਹੜੇ ਵੀਰ ਬੱਚਿਆਂ ਨੂੰ ਚੰਗੀ ਤਰ੍ਹਾਂ ਸਾਂਭਦੇ ਆ। ਅਤੇ ਬਾਈ ਦਰਸ਼ਨ ਖੜ੍ਹੇ ਆ ਸਾਹਮਣੇ। ਅਤੇ ਬੱਚੇ ਕਿਤੇ ਜੱਜਮੈਂਟ ਵੀ ਕਰ ਰਹੇ ਆ। ਦੋਸਤੋ, ਇਹਨਾਂ ਦਸਾਂ ਦੇ ਵਿੱਚੋਂ ਨੀਲੀ ਰਾਵੀ ਦਾ ਰਿਜ਼ਲਟ ਆ ਰਿਹਾ ਹੈ, ਕਿਹੜੀਆਂ ਪਹਿਲੇ ਦੂਜੇ ਤੀਜੇ ਨੰਬਰ 'ਤੇ ਲੱਗਣਗੀਆਂ ਇਹਨਾਂ ਦਸਾਂ ਨੰਬਰਾਂ 'ਤੇ। 1-1 ਟੋਪ ਮੱਝਾਂ ਦੇਖੀ ਬਣਦੀ ਆ। ਅਤੇ ਸੱਪ ਹੋਣਾ 1-1 ਦਰਸ਼ਨ ਆ ਗਏ, ਲਿਖੇ ਜਾ ਰਹੇ ਆ, ਸਮਾਪਤ ਹੋ ਚੁੱਕਾ। ਕੁਝ ਬਾਈ ਦਾ ਬਸ ਦੇਖ ਰਿਹਾ ਜੀ, ਇਹ ਤੀਜੇ ਨੰਬਰ 'ਤੇ ਹੋਣੇ ਜੀ, ਥੋੜ੍ਹੇ ਟਾਈਮ ਜਿਹਾ ਰਿਜ਼ਲਟ ਹੋਣਾ ਜੀ। ਪਹਿਲਾਂ ਨੰਬਰ 'ਤੇ ਬਣ ਚੁੱਕੀ ਆ, ਰੋਡਾਂ ਵਾਲੀ ਬਣਦੀ ਆ, ਕਿੰਨਾ ਪੈਰਾਂ ਵਾਲਾ ਵੱਜਦਾ ਉਹਦੀ ਧੀ ਆਏ ਦੇਖ ਸਕਦੇ ਹੋ। ਮੈਂ 16 ਕਿਲੋ ਦੁੱਧ ਵਾਲੀ ਆ ਜੀ, ਚਲੋ ਵੱਧ ਚੁੱਕਿਆ ਮੱਝਦੇ। ਦੂਜੇ ਨੰਬਰ 'ਤੇ ਕੰਡੇ ਵਾਲੇ ਸਾਹਿਬ ਦੀ ਮੱਝ ਆਈ ਆ, ਦੇ ਸਕਦੇ ਹੋ ਦੂਜੇ ਨੰਬਰ 'ਤੇ। 16 ਕਿਲੋ ਦੇ ਕੀ ਦੁੱਧ ਦੁੱਧ ਵੀ ਇੰਨਾ ਹੀ ਆ, ਦੇ ਸਕਦੇ ਡਾਕਟਰ ਇੰਦਰਜੀਤ ਦੇਖ ਰਿਹਾ ਸਾਡੇ ਦੂਸਰੇ ਨੰਬਰ ਵਾਲੇ ਫੁੱਲ ਬੰਨ ਕੇ ਸਮਾਪਤ ਕਰਦੇ ਹੋਏ। ਦੁੱਧ ਹੈਗਾ 16 ਕਿਲੋ, ਹੁਣ ਦੂਜਾ ਨੰਬਰ ਨੰਬਰ ਵਾਲੀ ਜੀ ਪਿੱਛੇ ਸੀ ਕਿਹੜਾ ਲੱਗੇ ਡੈਮਰ ਦੀ ਕੱਟੀ ਨੇਮਰ ਤੀਜਾ ਨੰਬਰ ਇਹ ਤੁਹਾਨੂੰ ਲੋ ਚੱਕੂ ਦਾ ਟੈਗ ਨੰਬਰ ਦੇਖਿਆ 518 ਉਹ ਵੀ ਪਤਾ ਕਰ ਗਿਆ ਬੰਦਾ, ਮੈਨੂੰ ਨੰਬਰ ਤੀਜੀ ਵਾਲੀ ਦੇ ਵਿਖਾ ਰਹੇ ਆ। 16-17 ਕਿਲੋ ਵਾਲੀਆਂ ਆ ਬਈ ਸਾਰੀਆਂ, ਤੇ ਪਤਾ ਕਿਹਦੇ ਸੀ ਮੰਦੀ ਆ, ਇਹ ਆਪਣੇ ਆਪ ਦੇ ਸਾਨੂੰ ਬਾਹੂਬਲੀ ਦਿੱਤੀ ਆ। ਇਹ ਬਾਹੂਬਲੀ ਆ ਫੌਜੀ ਸਾਹਿਬ ਕੋਲੇ ਆਪਦਾ ਝੋਟਾ ਭਾਈ, ਉਹਦੀ ਬੱਚੀ ਆ ਕੀ ਅਸੀਂ ਹੁਣ ਚੌਥੇ ਵਾਲਾ ਤਿਆਰ ਰਹੋ ਮੰਨੋ ਬਾਬਰ ਬਣਦੀ ਆ ਜੀ, ਉਹ ਬਾਬਰ ਬਣਦੀ ਆ, ਬਾਬਰ ਬਣਦੀ ਸੀਮੰਦੀ ਆ ਇਹ ਉੱਥੇ ਬਾਬਰ ਬਣਦੀ। ਲਓ ਜੀ ਬਾਬਰ ਦੇ ਹੋਰ ਵੀ 1-2 ਜਨਮਰ ਨੰਬਰ 'ਚ ਲੱਗੇ ਆ, ਰਾਜਾ ਸਾਫੂਆਣ ਦੇ ਵੀ ਬੱਚੇ ਨੰਬਰ 'ਚ ਆਏ ਆ। ਇਹ ਵੀ ਬੈਟ ਦਾ ਬੋਲਰ ਬਾਈ ਮਜੜੇ, ਇਹ ਵੀ ਕਿਹੜੇ ਬੋਲਦੀ ਆ, ਕਿਹੜੇ ਬੋਲਦੀ ਆ, ਇਹ ਵੀ ਉਸ ਬੈਟ ਦਾ ਹੀ ਆ, ਬਾਹੂ ਵਾਲੀ ਦੀ। ਲਓ ਜੀ ਇਹ ਵੀ ਬਾਹੂ ਵਾਲੀ ਦੀ ਆ। ਇੱਧਰ ਆਪਣੇ ਬਾਈ ਰਾਜਾ ਜੀ ਸਾਫੂਆਣੇ, ਇਹਨਾਂ ਦੀ ਝੁੱਟ ਵੀ 8 ਨੰਬਰ 'ਤੇ ਲੱਗੀ ਆ।
ਤੇ ਜਸਵਿੰਦਰ ਬਾਹਰ ਲੱਗੀ ਆ ਬਾਹੂਬਲੀ ਦੀ ਆਪਣੀ ਸੋਰੀ ਰਾਜਾ ਸਾਬੂਣ ਬਹੁਤ ਸ਼ਾਨਦਾਰ ਝੋਟੀ ਇਹ ਵੀ ਆ ਜਿਹੜੀ ਖੂਬਸੂਰਤੀ ਵੇਖੀ ਬਣਦੀ ਹੈ। ਲੋ ਜਿਹੜੇ ਵੀਰ ਆਪਣੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਸਹੀ ਵੀਰ ਤੱਕ ਪਹੁੰਚ ਸਕੇ ਵੀ ਡੀ ਐਲ ਐਫ ਮੇਲੇ 'ਤੇ ਕਿਹੜੇ ਕਿਹੜੇ ਪਸ਼ੂ ਮੇਲੇ 'ਤੇ ਪਹੁੰਚੇ ਆ ਅਤੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਅਤੇ ਨਾਲ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ।